ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਹਰਜਸ ਨੀਟਿੰਗ 'ਤੇ ਤੁਹਾਡਾ ਬਹੁਤ ਬਹੁਤ। ਅੱਜ ਮੈਂ ਤੁਹਾਡੇ ਲਈ ਲੇਡੀਜ਼ ਕੋਟੀ ਦਾ ਇੱਕ ਡਿਜ਼ਾਇਨ ਲੈਕਰ ਆਈ ਹਾਂ ਔਰ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਏਗਾ ਅਤੇ ਇਸਨੂੰ ਧਿਆਨ ਨਾਲ ਦੇਖਣਾ ਜੀ। ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਿਆ, ਦੋ ਕੁੰਡੇ ਅਸੀਂ ਪੁੱਠੇ ਬੁਣ ਲਏ ਆ, ਸਿੱਧੀਆਂ ਵੇਲਾਂ ਦਾ ਇਹ ਡਿਜ਼ਾਇਨ ਹੈਗਾ। ਇੱਕ ਦੋ ਤਿੰਨ, ਆਹ ਤਿੰਨ ਕੁੰਡਿਆਂ ਦਾ ਇਸ ਤਰ੍ਹਾਂ ਇੱਕ ਕਰ ਲੈਣਾ, ਤਿੰਨਾਂ ਦਾ ਇੱਕ ਕਰ ਲਿਆ। ਧਾਗਾ ਅੱਗੇ ਆ, ਇੱਕ ਜਾਲੀ, ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਬੁਣ ਲਿਆ। ਫਿਰ ਇੱਕ ਅੱਗੇ ਧਾਗਾ ਕਰਕੇ ਆਹ ਤਿੰਨ ਦਾ ਇੱਕ ਪਿੱਛੇ ਦੀ ਇਸ ਤਰ੍ਹਾਂ ਆਹ ਕੁੰਡਾ ਉੱਪਰ ਆ ਗਿਆ। ਸਾਡੇ ਦੋ ਕੁੰਡੇ ਘੱਟ ਗਏ ਹੁਣ। ਤਿੰਨ ਅਤੇ ਤਿੰਨ, ਇੱਕ ਤਿੰਨਾਂ ਦਾ ਇੱਕ ਕੀਤਾ, ਇੱਕ ਜਾਲੀ ਕੀਤੀ ਹੈ, ਫਿਰ ਤਿੰਨਾਂ ਦਾ ਇੱਕ ਇੱਕ ਜਾਲੀ ਹੈ। ਇਸ ਤਰ੍ਹਾਂ ਸਾਡੇ ਦੋ ਕੁੰਡੇ ਘਟੇ ਆ। ਪੁੱਠੀ ਸਿਲਾਈ ਆ, ਇਹ ਪੁੱਠੇ ਪਾਸੇ ਵੀ ਪੈਂਦਾ ਡਿਜ਼ਾਇਨ, ਪੁੱਠੀ ਸਿਲਾਈ, ਧਾਗਾ ਪਿੱਛੇ ਲਿਜਾਣਾ, ਸਿੱਧਿਆਂ 'ਤੇ ਸਿੱਧੇ ਔਰ ਪੁੱਠਿਆਂ 'ਤੇ ਪੁੱਠੇ ਕੁੰਡੇ ਪਾਉਣੇ ਆ ਇਸ ਤਰ੍ਹਾਂ। ਹੁਣ ਧਾਗਾ ਫਿਰ ਮੂਹਰੇ ਲਿਆਉਂਦਾ, ਇੱਕ ਕੁੰਡਾ ਪੁੱਠਾ ਬੁਣ ਲਿਆ ਇਸ ਤਰ੍ਹਾਂ, ਜਾਲੀ ਵਾਲਾ ਕੁੰਡਾ ਹੈਗਾ ਇਸਨੂੰ, ਇਹ ਇੱਕ ਜਾਲੀ ਇਸ ਤਰ੍ਹਾਂ ਬਣਾ ਕੇ ਇਹ ਬੁਣ ਲਿਆ। ਹੁਣ ਵਿਚਾਲੇ ਇੱਕ ਦੋ ਆਹ ਤਿੰਨ ਕੁੰਡੇ ਹੋ ਗਏ, ਤਿੰਨ ਬੁਣ ਲਏ। ਫਿਰ ਇਸ ਤਰ੍ਹਾਂ ਬਲ ਪਾ ਕੇ ਅਗਲਾ ਕੁੰਡਾ ਇਹ ਵੀ ਬੁਣ ਲਿਆ ਪੁੱਠਾ। ਹੁਣ ਦੋ ਕੁੰਡੇ ਸਿੱਧੇ, ਇੱਕ ਦੋ, ਲਾਸਟ ਵਾਲਾ ਕੁੰਡਾ। ਹੁਣ ਅਸੀਂ ਸਿੱਧਿਆਂ 'ਤੇ ਸਿੱਧੇ ਔਰ ਪੁੱਠਿਆਂ 'ਤੇ ਪੁੱਠੇ ਕੁੰਡੇ ਪਾਉਣੇ ਆ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ, ਸਾਡੇ ਕੁੰਡੇ ਸਾਰੇ ਪੂਰੇ ਹੋ ਗਏ। ਦੋ ਕੁੰਡੇ ਫਿਰ ਪੁੱਠੇ ਪਾ ਲਏ, ਕੁੰਡਾ ਇਸ ਤਰ੍ਹਾਂ। ਧਾਗਾ ਪਿੱਛੇ, ਇੱਕ ਦੋ, ਹੁਣ ਸੱਤ ਕੁੰਡੇ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ। ਇੱਕ ਵਾਰੀ ਦਾ ਸਾਡਾ ਇਹ ਡਿਜ਼ਾਇਨ ਕੰਪਲੀਟ ਹੋ ਗਿਆ ਹੈਗਾ ਅਤੇ ਅੱਗੋਂ ਫਿਰ ਇਸ ਨੂੰ ਇਸ ਤਰ੍ਹਾਂ ਹੀ ਸ਼ੁਰੂ ਕਰ ਲੈਣਾ ਹੈਗਾ। ਇੱਕ ਵਾਰੀ ਸ਼ੁਰੂ ਕਰਕੇ ਦਿਖਾਉਂਦੀ ਹਾਂ। ਕੁੱਲ ਚਾਰ ਸਿਲਾਈਆਂ 'ਚ ਇਹ ਡਿਜ਼ਾਇਨ ਪੂਰਾ ਹੁੰਦਾ। ਧਾਗਾ ਅੱਗੇ ਜਾਲੀ ਬਣਾ ਕੇ, ਫਿਰ ਧਾਗਾ ਅੱਗੇ ਕਰਕੇ ਅਤੇ ਮਾਂ ਦਾ ਇੱਕ, ਫਿਰ ਜਾਲੀ ਬਣ ਗਈ ਨਾ, ਦੋ ਕੁੰਡੇ ਪੁੱਟੇ। ਬਹੁਤ ਹੀ ਸੋਹਣੀ ਵੇਲ ਜੀ ਬਣਦੀ ਹੈ ਇਹ। ਲੇਡੀਜ਼ ਕੋਟੀ ਵਿੱਚ ਕਿਸੇ ਵੀ ਕਲਰ ਵਿੱਚ ਪਾਈਏ ਤਾਂ ਬਹੁਤ ਸੋਹਣੀ ਬਣਦੀ ਹੈ। ਮੈਂ ਬਣੀ ਹੋਈ ਤੁਹਾਨੂੰ ਦਿਖਾਉਂਦੀ ਹਾਂ ਥੋੜ੍ਹੀ ਜਿਹੀ। ਜੇ ਕਰਕੇ ਤੁਹਾਨੂੰ ਮੇਰਾ ਇਹ ਡਿਜ਼ਾਇਨ ਪਸੰਦ ਆਇਆ ਤਾਂ ਇਸਨੂੰ ਲਾਈਕ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ।